ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਧਰਮ ਹਰਿਊ ਅੱਜ ਗੱਲ ਕਰਨ ਲੱਗੇ ਹਾਂ। ਕੁਝ ਲਾਈਨਾਂ ਲਿਖੀਆਂ ਨੇ ਉਸ 1984 ਦੇ ਕਾਲੇ ਦੌਰ ਦੇ ਬਾਰੇ ਵਿੱਚ, ਜਦੋਂ ਪੰਜਾਬ ਦੇ ਅਨੇਕਾਂ ਹੀ ਸਿੱਖ ਪਰਿਵਾਰ ਉੱਜੜੇ, ਅਨੇਕਾਂ ਹੀ ਮਨ ਲੋਕਾਂ ਦੇ ਉੱਤੇ ਤਸ਼ੱਦਦ ਜਿਹੜੇ ਢਾਹੇ ਗਏ ਅਤੇ ਬੜੇ ਪਰਿਵਾਰਾਂ ਨੇ ਦੁੱਖ ਝੱਲੇ, ਕਿਉਂਕਿ ਜਿਸ ਤਾਂ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਸੋ ਉਹ ਦਰਦ ਨੂੰ ਬਿਆਨ ਕਰਦਾ ਇੱਕ ਗੀਤ ਤੁਹਾਡੇ ਰੂਬਰੂ ਕਰਨ ਜਾ ਰਿਹਾ। ਗੁਜਰੇ ਮਹੀਨੇ ਬੀਤ ਚੱਲੇ ਕਈ ਸਾਲ, ਮਾੜੀ ਬੀਤੀ ਸੀ ਪਰਾਵੋ ਜੋ ਪੰਜਾਬੀਆਂ ਦੇ ਨਾਲ, ਇੱਕ ਵਕਤ ਕੁਲੈਣਾ ਸੀ ਜੋ ਖਾਲਸੇ ਤੇ ਆਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਅੱਲੇ ਅੱਜ ਵੀ ਜ਼ਖਮ ਕੋਈ ਮੱਲਮਾ ਨਾ ਲਾਵੇ, ਇੱਥੇ ਹਰ ਕੋਈ ਆਗੂ ਆਉਂਦਾ ਆਪਣਾ ਬਚਾਵੇ, ਕੌਣ ਸੁਣਦਾ ਕਿਸੇ ਦੀ ਅਸਾਂ ਬੜਾ ਹੀ ਰੌਲਾ ਪਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਲੁੱਟੀ ਧੀਆਂ ਦੀ ਇੱਜ਼ਤ ਪੱਗ ਖਾਲਸੇ ਦੀ ਰੋਲੀ, ਸਾਡੇ ਖੂਨ ਨਾਲ ਯਾਲ ਮਾਨੇ ਖੇਡੀ ਜਦੋਂ ਹੋਲੀ, ਸਾਡੇ ਖੂਨ ਨਾਲ ਯਾਲ ਮਾਨੇ ਖੇਡੀ ਜਦੋਂ ਹੋਲੀ, ਸਾਡਾ ਸ਼੍ਰੀ ਹਰਿਮੰਦਰ ਸੀ ਤੋਪਾਂ ਨਾਲ ਢਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਵੇਖੇ ਧਰਮੇ ਹਰਿਆਊ ਦਿਨ ਜਿੰਨਾ ਨੇ ਉਹ ਮਾੜੇ, ਅੱਖਾਂ ਸਾਹਮਣੇ ਜਵਾਨ ਪੁੱਤ ਟੈਰ ਪਾਪਾ ਸਾੜੇ, ਅੱਖਾਂ ਸਾਹਮਣੇ ਜਵਾਨ ਪੁੱਤ ਟੈਰ ਪਾਪਾ ਸਾੜੇ, ਕੱਲਾ ਅੱਖੀਆਂ ਦਾ ਤਾਰਾ ਜਿਹਦਾ ਕੱਲਾ ਕੱਲਾ ਪੁੱਤ ਕਦੇ ਮੁੜ ਕੇ ਨਹੀਂ ਆਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ, ਉਹੀ ਜਾਣਦੇ 84 ਜਿੰਨਾ ਤਨ ਤੇ ਹੰਡਾਇਆ।